ਛੱਤੀ ਭੂਆ ਦੀ ਰਾਤ ਕਟਾਈ ਸੀ, ਉਹ ਛੱਤੀ ਹੋ ਗਈ ਸੀ। ਉਹ ਕਹਿੰਦੀ ਮੈਂ ਆਉਣੀ ਆ ਜਦੋਂ ਵਰਤੇ ਇੱਥੇ ਆਪਣੀ ਛੱਪੜੀ ਬਣੀ ਹੁੰਦੀ ਛੋਟੀ ਜੀ, ਵੀ ਉਹ ਤਾਂ ਰਾਤ ਕੱਟ ਕੇ ਆਉਂਗੀ, ਉੱਥੇ ਛੱਤੀ ਹੋ ਗਈ ਜੀ। ਉਹਦੇ ਕਰਕੇ ਇਸ ਕਾਰਨ ਇਹ ਰੋੜੇ ਵੱਜਦੇ ਜੀ ਇਹਦੇ। ਮਾੜੇ ਕੰਮ ਦਾ ਜੀ ਆਹੀ ਆ ਜੀ, ਜਿਹੜੇ ਡੋਲਾ ਵਿਆਹ ਕੇ ਲੈ ਕੇ ਆਉਂਦੇ ਸੀ ਰਾਤ ਕਟਾ ਕੇ ਤੋਰਨ, ਰਾਤ ਕਟਾਏ ਤੋਂ ਬਿਨਾਂ ਤੋਰਦਾ ਨਹੀਂ ਸੀ ਜੀ। ਇਹ ਚੀਜ਼ ਆ ਜੀ ਇਹ, ਇਸ ਕਰਕੇ ਤੇ ਰੋੜੇ ਵੱਜਦੇ ਆ। ਇਹ ਤਾਂ ਬਹੁਤ ਯੁੱਗਾਂ ਯੁੱਗਾਂ ਦੇ ਯੁੱਗ ਪਲਟ ਗਏ ਜੀ। ਸਾਨੂੰ 5-7 ਸਾਲ ਹੋ ਗਏ ਆਉਂਦਿਆਂ ਨੂੰ ਜੀ। ਇਹ ਜਾਣੀ ਕਿ ਜਿਹੜੀ ਮਾਈ ਸਤੀ ਦਾ ਡੋਲਾ ਇਹ ਰੋਕਿਆ ਸੀਗਾ ਇਸ ਰਾਜੇ ਨੇ। ਇਹ ਜਿਹੜਾ ਰਾਜਾ ਸੀਗਾ ਇਹ ਕਹਿੰਦਾ ਜੀ ਇੱਕ ਰਾਤ ਜਾਣੀ ਕਿ ਹਰੇਕ ਲੜਕੀ ਦਾ ਡੋਲਾ ਜਦੋਂ ਆਉਂਦਾ ਉਦੋਂ ਵੀ ਸਾਡੇ ਕੋਲ ਆਵੇ। ਮੁੜ ਕੇ ਮਾਈ ਸਤੀ ਦਾ ਜਦੋਂ ਸ਼ਾਦੀ ਹੋਈ, ਵਿਆਹ ਹੋਇਆ, ਰਚਿਆ, ਉਦੋਂ ਇਹ ਕਹਿੰਦਾ ਵੀ ਸਾਡੇ ਕੋਲ ਆਓ ਜੀ। ਇਹਨੇ ਮਾਈ ਸਤੀ ਨੇ ਮਨਾ ਕਰ ਦਿੱਤਾ, ਇਸ ਕਰਕੇ ਰਾਜਾ ਫਿਰ ਇੱਥੋਂ ਜਾਣੀ ਕਿ ਉਹਦੇ ਪਿੱਛੇ ਲੱਗ ਕੇ ਉੱਧਰ ਗਿਆ। ਮਾਈ ਸਤੀ ਉੱਥੇ ਜਾ ਕੇ ਛੱਤੀ ਹੋ ਗਈ ਜੀ। ਇਸ ਕਰਕੇ ਫਿਰ ਇਹਦਾ ਜਿਹੜਾ ਕਿਲਾ ਸੀਗਾ ਜੋ ਸਭੀ ਭਸਮ ਹੋ ਗਿਆ। ਅਤੇ ਮਾਈ ਸਤੀ ਨੇ ਕਿਹਾ ਵੀ ਜੋ ਮੇਰੀ ਯਾਤਰਾ 'ਤੇ ਆਵੇਗਾ ਰਹੇਗੀ, ਸੰਗਤ ਆਊਗੀ, ਜੁੱਤੇ ਮਾਰ ਕੇ ਤੇਰੇ ਜਾਊਗੀ, ਜਿਵੇਂ ਵੀ ਤੇਰੀ ਬੇਅਦਬੀ ਕਰਕੇ ਜਾਊਗੀ। ਇਸ ਕਰਕੇ ਇਸ ਨੂੰ ਜੁੱਤੇ ਮਾਰ ਕੇ ਹਰੇਕ ਸੰਗਤ ਲੰਘਦੀ ਹੈ ਜੀ। ਹਾਂਜੀ, ਮਾੜਾ ਕਰਮ ਕਰਨ ਦੇ ਨਾਲ ਹਰੇਕ ਨੂੰ ਮਾੜਾ ਮੰਨਿਆ ਜਾਂਦਾ ਇਸ ਦੇ।